ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਐਂਡ ਕੁਕਿੰਗ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸੂਜੀ ਤੇ ਨਾਰੀਅਲ ਦੇ ਲੱਡੂ ਡਰਾਈ ਫਰੂਟ ਪਾ ਕੇ ਤੁਸੀਂ ਬਿਨਾਂ ਡਰਾਈ ਫਰੂਟ ਤੋਂ ਵੀ ਬਣਾ ਸਕਦੇ ਹੋ ਇਕੱਲੀ ਸੂਜੀ ਤੇ ਨਾਰੀਅਲ ਦੇ ਲੱਡੂ ਮੈਂ ਹਰਾ ਨਾਰੀਅਲ ਯੂਜ਼ ਕੀਤਾ ਕੱਚਾ ਨਾਰੀਅਲ ਤੁਸੀਂ ਕੱਚੇ ਨਾਰੀਅਲ ਦੀ ਜਗ੍ਹਾ ਨਾਰੀਅਲ ਦਾ ਬੁਰਾਦਾ ਵੀ ਲੈ ਸਕਦੇ ਹੋ ਅਤੇ ਚਲੋ ਫਿਰ ਲੱਡੂ ਬਣਾਉਣਾ ਸ਼ੁਰੂ ਕਰਦੇ ਹਾਂ ਸੂਜੀ ਨਾਰੀਅਲ ਲੱਡੂ ਬਣਾਉਣ ਦੇ ਲਈ ਮੈਂ ਦੋ ਹਰੇ ਨਾਰੀਅਲ ਲੈ ਲੈਣੇ ਉਹਨਾਂ ਨੂੰ ਛਿੱਲ ਕੇ ਅਤੇ ਗਰੇਟ ਕਰ ਲਿਆ ਬਰੀਕ ਗਰੇਟ ਕੀਤਾ ਹੈ ਮੋਟਾ ਨਹੀਂ ਕੀਤਾ ਬਰੀਕ ਕਰਨਾ ਹੈ ਤੁਸੀਂ ਅਤੇ ਦੋ ਕੱਪ ਸੂਜੀ ਦੇ ਲਏ ਨੇ ਤੁਸੀਂ ਕੌਲੀ ਦਾ ਨਾਪ ਲੈ ਲਓ ਦੋ ਕੌਲੀਆਂ ਲੈ ਲਓ ਜਿਸ ਤਰ੍ਹਾਂ ਅਤੇ ਇੱਕ ਕੌਲੀ ਮੈਂ ਗੁੜ ਦੀ ਲਈ ਹੈ ਇਹਨੂੰ ਬਰੀਕ ਕੁੱਟ ਲਿਆ ਹੈ ਤੁਸੀਂ ਇਹਦੀ ਜਗ੍ਹਾ ਬੂਰਾ ਵੀ ਲੈ ਸਕਦੇ ਹੋ ਚੀਨੀ ਵੀ ਲੈ ਸਕਦੇ ਹੋ ਪੀਸ ਕੇ ਅਤੇ ਇਹ ਡਰਾਈ ਫਰੂਟ ਲਏ ਨੇ ਪਾਉਣੇ ਚਾਹੁੰਦੇ ਹੋ ਤਾਂ ਪਾ ਲਓ ਜੇ ਨਹੀਂ ਪਾਉਣੇ ਚਾਹੁੰਦੇ ਡਰਾਈ ਫਰੂਟ ਤਾਂ ਬਿਨਾਂ ਡਰਾਈ ਫਰੂਟ ਤੋਂ ਵੀ ਬਣਾ ਸਕਦੇ ਹੋ ਬਦਾਮ ਲਏ ਨੇ ਕਾਜੂ ਲਏ ਨੇ ਕੱਦੂ ਦੇ ਬੀਜ ਨੇ ਅਤੇ ਮਗਜ਼ ਨੇ ਤੁਸੀਂ ਡਰਾਈ ਫਰੂਟ ਕੋਈ ਵੀ ਆਪਣੀ ਮਰਜ਼ੀ ਦੇ ਲੈ ਸਕਦੇ ਹੋ ਜਿਹੜੇ ਨਹੀਂ ਪਸੰਦ ਉਹਨਾਂ ਨੂੰ ਸਕਿੱਪ ਕਰ ਸਕਦੇ ਹੋ ਜਿਹੜੇ ਬਦਾਮ ਅਤੇ ਕਾਜੂ ਹੈ ਇਹਨਾਂ ਨੂੰ ਮੈਂ ਥੋੜ੍ਹੇ ਜਿਹੇ ਮੋਟੇ ਮੋਟੇ ਕੱਟ ਲਵਾਂਗੀ ਅਤੇ ਜਿਹੜੇ ਮਗਜ਼ ਹੈ ਅਤੇ ਕੱਦੂ ਦੇ ਬੀਜ ਹੈ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਪਾ ਲਾਂਗੇ ਸਭ ਤੋਂ ਪਹਿਲਾਂ ਪੈਨ ਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਲਵਾਂਗੀ ਘਿਓ ਜਿਹੜਾ ਗਰਮ ਹੋ ਗਿਆ ਸਾਡਾ ਹੁਣ ਇਹਦੇ ਵਿੱਚ ਆ ਸਾਰੇ ਜਿਹੜੇ ਡਰਾਈ ਫਰੂਟ ਆ ਇਹਨਾਂ ਨੂੰ ਮੈਂ ਇੱਕ ਦੋ ਮਿੰਟ ਦੇ ਲਈ ਭੁੰਨ ਲਵਾਂਗੀ ਇਹਦੇ ਵਿੱਚ ਪਾ ਕੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਸੌਗੀ ਵੀ ਪਾ ਸਕਦੇ ਹੋ ਕਿਸ਼ਮਿਸ਼ ਜਿਹਨੂੰ ਕਹਿੰਦੇ ਨੇ ਦਾਖ ਸੌਗੀ ਕਿਸ਼ਮਿਸ਼ ਕੀ ਕਹਿੰਦੇ ਨੇ ਉਹ ਵੀ ਪਾ ਸਕਦੇ ਹੋ ਡਰਾਈ ਫਰੂਟ ਹੈ ਜਿਹੜਾ ਸਾਡਾ ਰੋਸਟ ਹੋ ਗਿਆ ਹੁਣ ਮੈਂ ਇਹਨੂੰ ਕੱਢ ਲਵਾਂਗੀ ਪਲੇਟ ਦੇ ਵਿੱਚ ਸੇਮ ਪੈਨ ਦੇ ਵਿੱਚ ਮੈਂ ਇੱਕ ਚਮਚ ਹੋਰ ਦੇਸੀ ਘਿਓ ਦਾ ਲਵਾਂਗੀ ਘਿਓ ਗਰਮ ਹੋ ਗਿਆ ਹੁਣ ਇਹਦੇ ਵਿੱਚ ਜਿਹੜਾ ਮੈਂ ਨਾਰੀਅਲ ਗਰੇਟ ਕਰਕੇ ਲਿਆ ਇਹਨੂੰ ਘੇ ਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਗੈਸ ਦੀ ਫਲੇਮ ਜਿਹੜੀ ਆ ਨਾਰੀਅਲ ਭੁੰਨਣ ਦੇ ਸਮੇਂ ਤੁਸੀਂ ਲੋ ਰੱਖਣੀ ਆ ਜ਼ਿਆਦਾ ਹਾਈ ਫਲੇਮ 'ਤੇ ਨਹੀਂ ਭੁੰਨਣਾ ਹੈ ਨਹੀਂ ਤਾਂ ਇਹ ਫਿਰ ਛੇਤੀ ਜਲ ਜਾਏਗਾ ਨਾਰੀਅਲ ਜਿਹੜਾ ਇਹਦਾ ਭੁੱਜ ਚੁੱਕਾ ਇਹਦਾ ਜਿਹੜਾ ਕਲਰ ਹੈ ਉਹ ਚੇਂਜ ਹੋ ਗਿਆ ਅਤੇ ਡਰਾਈ ਜਿਹਾ ਵੀ ਹੋ ਗਿਆ ਇਹਦਾ ਜਿਹੜਾ ਪਿਛਲਾ ਮੋਇਸਚਰ ਸੀਗਾ ਉਹ ਵੀ ਖਤਮ ਹੋ ਗਿਆ ਅਤੇ ਬਸ ਹੁਣ ਮੈਂ ਇਹਨੂੰ ਕੱਢ ਲਵਾਂਗੀ ਨਾਰੀਅਲ ਨੂੰ ਅਤੇ ਹੁਣ ਆਪਾਂ ਸੂਜੀ ਭੁੰਨਾਂਗੇ ਸੇਮ ਪੈਨ ਦੇ ਵਿੱਚ ਹੁਣ ਮੈਂ ਦੋ ਚਮਚ ਹੋਰ ਦੇਸੀ ਘਿਓ ਦੇ ਲਵਾਂਗੀ ਘਿਓ ਗਰਮ ਹੋ ਗਿਆ ਹੁਣ ਮੈਂ ਇਹ 'ਚ ਸੂਜੀ ਪਾ ਦਾਂਗੀ ਸੂਜੀ ਹੈ ਜਿਹੜੀ ਸਾਡੀ ਇਹ ਵੀ ਭੁੱਜ ਚੁੱਕੀ ਹੈ ਇਹਦਾ ਹਲਕਾ ਜਿਹਾ ਕਲਰ ਜਿਹੜਾ ਚੇਂਜ ਹੋ ਗਿਆ ਹੈ ਅਤੇ ਬਹੁਤ ਸੋਹਣੀ ਸਮੈਲ ਵੀ ਆ ਰਹੀ ਹੈ ਇਹਦੇ ਭੁੱਜਣ ਦੀ ਅਤੇ ਹੁਣ ਮੈਂ ਗੈਸ ਦੀ ਫਲੇਮ ਹੈ ਜਿਹੜੀ ਉਹ ਬੰਦ ਕਰ ਦਾਂਗੀ ਅਤੇ ਇਹਨੂੰ ਇੱਕ ਦੋ ਮਿੰਟ ਦੇ ਲਈ ਹੋਰ ਇਸੇ ਤਰ੍ਹਾਂ ਹਿਲਾਉਂਦੀ ਰਵਾਂਗੀ ਕਿਉਂਕਿ ਜਿਹੜੀ ਤੁਹਾਡੀ ਕੜਾਹੀ ਹੈ ਉਹ ਗਰਮ ਹੈ ਮੈਂ ਇਹਦੇ ਵਿੱਚ ਦੋ ਤਿੰਨ ਚਮਚ ਮਿਲਕ ਪਾਊਡਰ ਦੀ ਐਡ ਕਰਾਂਗੀ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਸਕਿੱਪ ਕਰ ਸਕਦੇ ਹੋ ਮੈਂ ਤਿੰਨ ਚਮਚ ਪਾਤੇ ਨੇ ਜੇ ਤੁਸੀਂ ਪਾਓਗੇ ਤਾਂ ਵਧੀਆ ਆ ਫਿਰ ਇਹਦਾ ਇੱਕਦਮ ਮਾਵੇ ਵਾਲਾ ਟੇਸਟ ਆਏਗਾ ਇਹਦੇ ਵਿੱਚੋਂ ਮਿਲਕ ਪਾਊਡਰ ਪਾਉਣ ਦੇ ਨਾਲ ਪਰ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਉਹ ਵੀ ਕੋਈ ਚੱਕਰ ਨਹੀਂ ਹੈ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਮਿਕਸ ਕਰ ਦਾਂਗੇ ਇਹਦੇ ਵਿੱਚ ਪਰ ਗੈਸ ਬੰਦ ਕਰਕੇ ਪਾਉਣਾ ਤੁਸੀਂ ਗੈਸ ਦੀ ਫਲੇਮ ਬੰਦ ਕਰਕੇ ਫਿਰ ਇਹਨੂੰ ਮਿਲਕ ਪਾਊਡਰ ਨੂੰ ਇਹਦੇ ਵਿੱਚ ਐਡ ਕਰਨਾ ਜਿਹੜਾ ਮਿਕਸਚਰ ਹੈ ਆਪਾਂ ਇਹਨੂੰ ਕੱਢ ਲਾਂਗੇ ਨਾਰੀਅਲ ਦੇ ਨਾਲ ਹੀ ਆਪਾਂ ਇਹਨੂੰ ਕੱਢ ਲਾਂਗੇ ਕਿਉਂਕਿ ਹੁਣ ਆਪਾਂ ਇਹਨਾਂ ਨੂੰ ਮਿਕਸ ਹੀ ਕਰਨਾ ਹੈ ਚਾਸ਼ਨੀ ਬਣਾ ਕੇ
हाँ जी, ये जो गुड़ है इनू मैं एक कप गुड़ सीगा अद्धा कप पानी दा पा के इनू मैं भिओ के रख दिता सी ता कि जो गुड़ है साडा छेती मेल्ट हो जाए बाद विच। हुण मैं इनू पैन दे विच पा दूंगी। हुण आपां इहदी एक तार वाली चाशनी बनावांगे। पहले आप गुड़ नू मेल्ट कर लेंगे चंगी तरह नाल जिहड़ियां इहदे विच डलियां ने, ते उस तों बाद आपां इहदी एक तार वाली चाशनी बनावांगे। तुसीं चाहो तो चीनी भी पा सकते हो गुड़ की जगह। मिठा जिहड़ा है तुसीं अपने टेस्ट के अकॉर्डिंग वध घट पा सकते हो। जे तुसीं ज़्यादा मिठा खाना पसंद करते हो तो थोड़ा जिहा, जिद्दां मैं एक कप गुड़ का लिया तुसीं डेढ़ कप गुड़ का लै सकते हो। जे तुसीं घट मिठा खाना पसंद करते हो तो थोड़ा घट लै लो। जे तुहानूं चाशनी बनाने तो बाद लगे कि मिठा तुहानूं घट लग रहा है तो तुसीं जदों फिर आपां लड्डू बनावांगे तो तुसीं उस टाइम ते इहदे विच पिसी हुई चीनी या शक्कर या फिर जिहड़ा खंड दा बूरा हुंदा तुसीं उह ऐड करके बैलेंस कर सकदे हो मिठे नूं। चाशनी जिहड़ी है साडी गाढ़ी हो गई है। हुण मैंने इस तरह चैक कर लाँगी। इहदी हल्की जी तार बन रही है, पूरी तरह तो नहीं बन रही पर हल्की जी चिपचिपी जी हो गई है। चाशनी जिहड़ी है साडी बन के रेडी है, हल्की जी तार बन रही है। आपां बहुत ज़्यादा इहनूं गाढ़ी नहीं करना, चाशनी नूं हल्की जी तार बननी चाहिए है, बस थोड़ी चिपचिपी जी होके हल्की जी तार बननी चाहिए है। हुण मैं इहदे विच जिहड़ा मिक्सचर है साडा सूजी ते नारियल वाला उहनूं ऐड कर दांगी। गैस की फ्लेम है जिहड़ी मैं बंद कर दिती है, नाल ही इहदे सारे ड्राई फ्रूट ऐड कर दूंगी। ਆਪਾਂ ਇਹਦੇ ਇਸ ਤਰ੍ਹਾਂ ਛੋਟੇ ਛੋਟੇ ਲੱਡੂ ਜਿਹੜੇ ਵੀ ਸਾਈਜ਼ ਦੇ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਲਵਾਂਗੇ। ਉਸ ਤੋਂ ਬਾਅਦ ਜੇ ਤੁਸੀਂ ਇਸੇ ਤਰ੍ਹਾਂ ਰੱਖਣਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਵੀ ਵਧੀਆ ਲੱਗਦੇ ਆ, ਪਰ ਮੈਂ ਥੋੜ੍ਹਾ ਜਿਹਾ ਇਹਨਾਂ ਨੂੰ ਨਾਰੀਅਲ ਦੇ ਬੁਰਾਦੇ ਦੇ ਵਿੱਚ ਇਸ ਤਰ੍ਹਾਂ ਕੋਟ ਕਰ ਦਾਂਗੀ, ਜ਼ਿਆਦਾ ਨਹੀਂ ਥੋੜ੍ਹਾ ਥੋੜ੍ਹਾ। ਇਸੇ ਤਰ੍ਹਾਂ ਆਪਾਂ ਸਾਰੇ ਜਿਹੜੇ ਲੱਡੂ ਆ ਬਣਾ ਕੇ ਤਿਆਰ ਕਰ ਲਵਾਂਗੇ। ਲੱਡੂ ਬਣ ਕੇ ਬਿਲਕੁਲ ਤਿਆਰ ਨੇ। ਇਹ ਲੱਡੂ ਟੇਸਟੀ ਵੀ ਨੇ ਅਤੇ ਹੈਲਦੀ ਵੀ ਬਹੁਤ ਨੇ। ਅਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਵਧੀਆ ਲੱਡੂ ਬਣ ਕੇ ਤਿਆਰ ਹੋਏ ਨੇ। ਤੁਸੀਂ ਵੀ ਇਹਨਾਂ ਨੂੰ ਆਪਣੇ ਘਰ ਵਿੱਚ ਜ਼ਰੂਰ ਬਣਾ ਕੇ ਟਰਾਈ ਕਰੋ ਦੀਵਾਲੀ ਦੇ ਮੌਕੇ 'ਤੇ। ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇਕਰ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ।